ਪੰਜਾਬ ਮੀਡੀਆ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨੀਸ਼ਾ ਠਾਕੁਰ ਰੁਕ ਕਰਦੇ ਅੱਜ ਦੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ। ਸ਼ਹਿਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ। ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਸ਼ਹਿਬਾਜ਼ ਸ਼ਰੀਫ ਨੂੰ ਵਧਾਈ ਦਿੱਤੀ। ਟਵੀਟ 'ਚ ਉਹਨਾਂ ਨੇ ਲਿਖਿਆ ਕਿ ਮੈਂ ਸ਼ਹਿਬਾਜ਼ ਸ਼ਰੀਫ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਸ਼ਪਥ ਲੈਣ ਤੇ ਵਧਾਈ ਦਿੰਦਾ। ਦੱਸ ਦਈਏ, ਸ਼ਹਿਬਾਜ਼ ਸ਼ਰੀਫ ਨੇ ਸੋਮਵਾਰ ਨੂੰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸ਼ਪਥ ਲਿੱਤੀ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਵਿਰੋਧੀ ਧਿਰ ਦੇ INDIA ਬਲਾਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਰਿਵਾਰਵਾਦ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕੀ ਕਿਹਾ, ਸੁਣੋ। ਪਰਿਵਾਰ ਕੇ ਲਿਏ ਝੂਠਤੇ ਪਰਿਸ਼ਰਮ ਕਰਤੇ ਕਰਤੇ ਆਜ ਰਾਜਨੀਤੀ ਕੇ ਉਸ ਪੜਾਵ ਪਰ ਪਹੁੰਚੇ ਹੈ ਜਹਾਂ ਇੰਡੀਆ ਅਲਾਇੰਸ ਕੇ ਇੱਕ ਚਾਰਾ ਚੋਰ ਨੇ ਇਹ ਕਹਾ ਕਿ ਮੋਦੀ ਕਾ ਕੋਈ ਪਰਿਵਾਰ ਨਹੀਂ। ਆਜ ਬੜੀ ਵਿਨਮ੍ਰਤਾ ਸੇ ਉਸ ਚਾਰਾ ਚੋਰ ਤੱਕ ਅਗਰ ਨਾਗਪੁਰ ਸੇ ਆਵਾਜ਼ ਜਾਏ ਮਹਾਰਾਸ਼ਟਰ ਕੀ ਤੋ ਕਹਿਣਾ ਚਾਹਤੀ ਹੂੰ, ਹਮ ਹੈ ਮੋਦੀ ਕਾ ਪਰਿਵਾਰ, ਯੇ ਨੌਜਵਾਨ ਹੈ ਮੋਦੀ ਕਾ ਪਰਿਵਾਰ, ਬੋਲੋ ਉਸਸੇ ਕੌਨ ਹੈ ਮੋਦੀ ਕਾ ਪਰਿਵਾਰ, ਕੌਨ ਹੈ ਮੋਦੀ ਕਾ ਪਰਿਵਾਰ, ਕੌਨ ਹੈ ਮੋਦੀ ਕਾ ਪਰਿਵਾਰ। ਅਰੇ ਜਿਸਕਾ ਪਰਿਵਾਰ 140 ਕਰੋੜ ਕਾ ਹੈ, ਉਸਕਾ ਬਾਲ ਵੀ ਬਾਕਾ ਨਹੀਂ ਹੋ ਪਾਏਗਾ। ਉਸ ਵਿਅਕਤੀ ਨੇ ਸੰਕਲਪ ਲਿਆ ਹੈ ਕਿ ਯੇ ਕਰਤਵਯ ਕਾਲ ਹੈ 2047 ਤੱਕ ਭਾਰਤ ਕੋ ਪੂਰਨ ਰੂਪ ਸੇ ਵਿਕਸਿਤ ਬਨਾਨਾ ਹੈ, ਇਸੀ ਲਈ ਹਰ ਯੁਵਾ ਕੋ ਬਾਹਰ ਆਨਾ ਹੈ। ਦਰਅਸਲ ਲਾਲੂ ਪ੍ਰਸਾਦ ਯਾਦਵ ਨੇ ਪੀਐਮ ਨਰਿੰਦਰ ਮੋਦੀ ਦੇ ਮੋਦੀ ਦਾ ਪਰਿਵਾਰ ਨੂੰ ਲੈ ਕੇ ਆਲੋਚਨਾ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਇਹ ਜਵਾਬ ਦਿੱਤਾ ਸੀ। ਨਿਤਿਸ਼ ਕੁਮਾਰ ਨੇ MLC ਚੋਣਾਂ ਦੇ ਲਈ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਬਿਹਾਰ ਵਿਧਾਨ ਪਰਿਸ਼ਦ ਦੀਆਂ 11 ਸੀਟਾਂ ਖਾਲੀ ਹੋ ਰਹੀਆਂ ਨੇ। ਦੱਸ ਦਈਏ, ਇਹਨਾਂ 11 ਸੀਟਾਂ ਲਈ 21 ਮਾਰਚ ਨੂੰ ਚੋਣਾਂ ਹੋਣੀਆਂ ਨੇ, ਜਿਸ ਕਾਰਨ CM ਨਿਤਿਸ਼ ਕੁਮਾਰ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਉਹਨਾਂ ਦੇ ਨਾਲ ਖਾਲਿਦ ਅਨਵਰ ਅਤੇ ਸੰਤੋਸ਼ ਮਾਂਝੀ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ। ਦੱਸ ਦਈਏ, NDA ਤੋਂ ਭਾਜਪਾ ਦੇ 3 ਉਮੀਦਵਾਰਾਂ ਦੀ ਨਾਮਜ਼ਦਗੀ ਅਜੇ ਬਾਕੀ ਹੈ, ਜਿਨ੍ਹਾਂ ਦਾ ਅਜੇ ਤੱਕ ਪਾਰਟੀ ਵੱਲੋਂ ਐਲਾਨ ਨਹੀਂ ਕੀਤਾ ਗਿਆ। ਫਰਾਂਸ ਸਰਕਾਰ ਦਾ ਇਤਿਹਾਸਿਕ ਫੈਸਲਾ ਸਾਹਮਣੇ ਆਇਆ ਹੈ। ਫਰਾਂਸ ਦੇ ਸੰਸਦ 'ਚ ਪਾਸ ਹੋਇਆ ਗਰਭਪਾਤ ਦਾ ਅਧਿਕਾਰਕ ਬਿੱਲ, ਮਹਿਲਾਵਾਂ ਨੂੰ ਮਿਲਿਆ ਗਰਭਪਾਤ ਕਰਵਾਉਣ ਦਾ ਸੰਵਿਧਾਨਿਕ ਅਧਿਕਾਰ। ਅਜਿਹਾ ਕਰਨ ਵਾਲਾ ਪਹਿਲਾ ਤੇ ਇਕਲੌਤਾ ਦੇਸ਼ ਬਣ ਚੁੱਕਿਆ ਹੈ ਫਰਾਂਸ। ਕੱਲ ਸ਼ਾਮ ਤੋਂ ਬਾਅਦ ਫੇਸਬੁੱਕ ਤੇ ਇੰਸਟਾਗ੍ਰਾਮ ਹੋ ਗਏ ਸੀ ਡਾਊਨ। ਦੱਸ ਦਈਏ, ਜਿਸ ਤੋਂ ਬਾਅਦ ਮਾਈਕਰੋ ਬਲੌਗਿੰਗ ਸਰਵਿਸ ਐਕਸ ਯਾਨੀ ਟਵਿੱਟਰ ਦੇ ਮਾਲਿਕ ਐਲਨ ਮਸਕ ਨੇ FB ਤੇ ਇੰਸਟਾਗ੍ਰਾਮ ਦੇ ਫਾਊਂਡਰ ਤੇ CEO ਮਾਰਕ ਜ਼ਕਰਬਰਗ ਤੇ ਨਿਸ਼ਾਨਾ ਸਾਧਿਆ। ਕਿਹਾ ਕਿ ਸਾਡੇ ਸਰਵਰ ਕੰਮ ਕਰ ਰਹੇ ਨੇ। ਐਕਸ ਤੇ ਪੋਸਟ ਕਰਕੇ ਐਲਨ ਮਸਕ ਨੇ ਇਹ ਤੰਜ ਕੱਸਿਆ ਤੇ ਇਹ ਗੱਲ ਕਹੀ ਹੈ। ਹੋਰ ਜਾਣਕਾਰੀ ਲੈ ਕੇ ਜਲਦ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਹੋ ਆਪਣਾ ਪੰਜਾਬ ਮੀਡੀਆ TV ਨਿਊਯਾਰਕ।